ਗੁੱਡ ਮਾਰਨਿੰਗ ਸਟੂਡੈਂਟਸ ਅ ਅੱਜ ਜਿਹੜੇ ਕੁਐਸਚਨ ਮੈਂ ਲਏ ਆ ਉਹ ਬਹੁਤ ਹੀ ਇੰਪੋਰਟੈਂਟ ਹੈ ਔਰ ਅੱਤੇ ਇਸ ਲਈ ਮੈਂ ਇਹ ਕੁਐਸਚਨ ਲਏ ਆ ਕਿਉਂਕਿ ਇਹ ਇਹਨਾਂ ਚੋ 1 2 ਨੰਬਰ ਚ ਆਮ ਕੁਐਸਚਨ ਪੇਪਰਸ ਆ ਜਾਂਦੇ ਆ ਔਰ ਕਈ ਵਾਰੀ ਬਿਲਕੁਲ ਸਿੰਪਲਸਟ ਆਨਸਰ ਵੀ ਬੱਚੇ ਦੇ ਨਹੀਂ ਬੰਦੇ ਤੇ ਪਹਿਲਾ ਕੁਐਸਚਨ ਜਿਹੜਾ ਮੈਂ ਲਿਆ ਆ ਉਹ ਇਹ ਲਿਆ ਹੈ ਕਿ ਸੂਰਜ ਦੇ ਚੜਨ ਸਮੇਂ ਲਾਲ ਰੰਗ ਦਾ ਕਿਉਂ ਹੁੰਦਾ ਹੈ ਬੇਟਾ ਸੂਰਜ ਚੜਨ ਸਮੇ ਲਾਲ ਰੰਗ ਦਾ ਕਿਉਂ ਹੁੰਦਾ ਹੈ ਇਸ ਤੋਂ ਪਹਿਲੇ ਵੀ ਮੈਂ ਇੱਕ ਕੁਐਸਚਨ ਹੋਰ ਡਿਸਕਸ ਕਰਨਾ ਚਾਹਨੀ ਆ ਉਹ ਇਹ ਹੈ ਕਿ ਤਾਰੇ ਕਿਉਂ ਟਿਮਟਿਮਾਉਂਦੇ ਹਨ ਇਹ ਪਹਿਲੀ ਵੀ ਆਪਾਂ ਇੱਕ ਵੀਡੀਓ ਦੇਖੀ ਸੀ ਉਹਦੇ 'ਚ ਆਪਾਂ ਸਿਰਫ ਇੱਕ ਵਰਡ ਯੂਜ਼ ਕੀਤਾ ਸੀ ਕਿ ਅਗਰ ਆਪਾਂ ਅਪਵਰਤਿਤ ਅਪਵਰਤਿਤ ਵਰਡ ਯੂਜ਼ ਕਰ ਲਈਏ ਅਪਵਰਤਿਤ ਵਰਡ ਤਾਂ ਉਹ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਤਾਰੇ ਜਿਹੜੇ ਆ ਕਿਉਂ ਟਿਮਟਿਮਾਉਂਦੇ ਹੈ ਧਰਤੀ ਦੇ ਵਾਇਰਨਮੈਂਟਲ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਪ੍ਰithvi ਦੀ ਸਤ੍ਹਾ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਨਿਰੰਤਰ ਅਪਵਰਤਿਤ ਹੋ ਜਾਂਦਾ ਹੈ ਇੱਥੇ ਗੱਲ ਕਰ ਰਹੀਆਂ ਮੈਂ ਨਿਰੰਤਰ ਅਪਵਰਤਿਤ ਹੋ ਜਾਂਦਾ ਹੈ ਬੇਟਾ ਹੁੰਦਾ ਹੈ ਅਤੇ ਵਾਯੂ ਮੰਡਲ ਦੀਆਂ ਪਰਤਾਂ ਸਥਾਈ ਨਹੀਂ ਹਨ ਇਸ ਲਈ ਤਾਰਿਆਂ ਦੀ ਆਬਾਸੀ ਸਥਿਤੀ ਬਦਲਦੀ ਰਹਿੰਦੀ ਹੈ ਇਸ ਲਈ ਤਾਰੇ ਟਿਮਟਿਮਾਉਂਦੇ ਹਨ ਜਿਹੜੀ ਬੇਸਿਕਲੀ ਇੱਥੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨੀ ਆ ਉਹ ਇਹ ਹੈ ਕਿ ਜਿਹੜੀ ਅਪਵਰਤਨ ਇਹ ਜਿਹੜਾ ਵਰਡ ਐਪ ਵਰਤਨ ਕੀ ਤਾਰੇ ਕਿਉਂ ਟਿਮਟਿਮਾਉਂਦੇ ਹਨ ਕਿ ਜਿਹੜੀ ਪ੍ਰithvi ਦੇ ਵਾਯੂ ਮੰਡਲ ਵਿੱਚ ਤਾਰੇ ਦਾ ਜਿਹੜਾ ਪ੍ਰਕਾਸ਼ ਹੈ ਉਹ ਪ੍ਰਵੇਸ਼ ਕਰਦਾ ਹੈ ਉਹ ਲਗਾਤਾਰ ਅਪਵਰਤਿਤ ਹੁੰਦਾ ਹੈ ਕਿਉਂ ਅਪਵਰਤਿਤ ਹੁੰਦਾ ਹੈ ਕਿਉਂਕਿ ਜੋ ਵਾਯੂ ਮੰਡਲ ਦੀਆਂ ਜਿਹੜੀਆਂ ਵੀ ਪਰਤਾਂ ਐ ਟਰੋਪੋਸਫੀਅਰ ਸਾਡੇ ਕੋਲ ਸਟੈਟੋਸਫੀਅਰ ਉਹ ਜਿਹੜੀਆਂ ਪਰਤਾਂ ਨੇ ਉਹ ਸਥਾਈ ਨਹੀਂ ਐ ਅਤੇ ਤਾਰਿਆਂ ਦੀ ਸਥਿਤੀ ਬਦਲਦੀ ਰਹਿੰਦੀ ਹੈ ਜਿਸ ਕਰਕੇ ਤਾਰੇ ਟਿਮਟਿਮਾਉਂਦੇ ਹਨ ਸਿਰਫ ਦੋ ਗੱਲਾਂ ਤੁਸੀਂ ਇੱਥੇ ਲਿਖਣੀਆਂ ਹੈ ਕਿ ਜਿਹੜੀ ਪ੍ਰithvi ਦੀ ਸਤ੍ਹਾ ਉੱਤੇ ਤੱਕ ਤਾਰੇ ਦਾ ਪ੍ਰਕਾਸ਼ ਨਿਰੰਤਰ ਅਪਵਰਤਿਤ ਹੁੰਦਾ ਹੈ ਅਤੇ ਵਾਯੂ ਮੰਡਲ ਦੀਆਂ ਪਰਤਾਂ ਸਥਾਈ ਨਹੀਂ ਹਨ ਠੀਕ ਹੈ ਇਹ ਦੋ ਗੱਲਾਂ ਨਾਲ ਤੁਸੀਂ ਇਹ ਕੁਐਸਚਨ ਨੂੰ ਬਹੁਤ ਈਜ਼ੀਲੀ ਐਕਸਪਲੇਨ ਕਰ ਸਕਦੇ ਹੋ ਕਿ ਤਾਰੇ ਕਿਉਂ ਟਿਮਟਿਮਾਉਂਦੇ ਹਨ ਜਿਹੜਾ ਅਗਲਾ ਕੁਐਸਚਨ ਮੈਂ ਕਰ ਰਹੀ ਆ ਆ ਕੁਐਸਚਨ ਨੰਬਰ 33 ਹੈ ਉਹ ਇਹ ਹੈ ਸੂਰਜ ਚੜਨ ਸਮੇ ਲਾਲ ਕਿਉਂ ਹੁੰਦਾ ਹੈ ਤੁਹਾਡੇ ਕੋਲ ਕੁਐਸਚਨ ਨੰਬਰ 23 ਹੈ ਕਿ ਸੂਰਜ ਚੜ੍ਹਨ ਸਮੇਂ ਲਾਲ ਕਿਉਂ ਹੁੰਦਾ ਹੈ ਖਿਤੀ ਚ ਤੇ ਲੱਗੇ ਨੀਲੇ ਅਤੇ ਘੱਟ ਤਰੰਗ ਲંબਾਈਆਂ ਦੇ ਪ੍ਰਕਾਸ਼ ਦਾ ਬਹੁਤਾ ਭਾਗ ਕਣਾਂ ਦੁਆਰਾ ਖਿੰਡ ਜਾਂਦਾ ਹੈ ਕਿਹੜਾ ਕਿਹੜਾ ਰੰਗ ਖਿਤੀ ਚ ਦੇ ਨੀਲੇ ਅਤੇ ਘੱਟ ਤਰੰਗ ਲંબਾਈਆਂ ਵਾਲਾ ਠੀਕ ਹੈ ਤੁਹਾਨੂੰ ਇਹ ਪਤਾ ਹੈ ਕਿ ਵਿਬ ਗਿਓਰ ਦੇ ਅਕੋਰਡਿੰਗ ਅਸੀਂ ਦੇਖੀਏ ਤਾਂ ਵਾਇਲਟ ਕਲਰ ਦੀ ਤਰੰਗ ਲੰਬਾਈ ਮਤਲਬ ਸਭ ਤੋਂ ਘੱਟ ਹੁੰਦੀ ਔਰ ਜਿੱਦਾਂ ਜਿੱਦਾਂ ਤੁਸੀਂ ਵੱਧਦੇ ਹੋ ਤੇ ਉਹ ਤਰੰਗ ਲੰਬਾਈ ਵੱਧਦੀ ਜਾਂਦੀ ਹੈ ਇਸ ਲਈ ਸਾਡੀ ਅੱਖਾਂ ਤੱਕ ਪਹੁੰਚਣ ਵਾਲੇ ਪ੍ਰਕਾਸ਼ ਅਧਿਕ ਤਰੰਗ ਲੰਬਾਈ ਹੋਵੇਗਾ ਔਰ ਅਧਿਕ ਤਰੰਗ ਲੰਬਾਈ ਕਿਹੜੇ ਰੰਗ ਦੀ ਹੁੰਦੀ ਹੈ ਆ ਉੱਤੇ ਸੂਰਜ ਚੜਨ ਸਮੇਂ ਲਾਲ ਠੀਕ ਹੈ ਲਾਲ ਰੰਗ ਦੀ ਜਿਹੜੀ ਤਰੰਗ ਲੰਬਾਈ ਹੁੰਦੀ ਹੈ ਉਹ ਸਭ ਤੋਂ ਅਧਿਕ ਹੁੰਦੀ ਹੈ ਇਸ ਲਈ ਸੂਰਜ ਚੜਨ ਸਮੇਂ ਸਾਨੂੰ ਲਾਲ ਪ੍ਰਤੀਤ ਹੁੰਦਾ ਹੈ ਸਿਰਫ ਦੋ ਗੱਲਾਂ ਇਸ ਕੁਐਸਚਨ ਦੇ ਵਿੱਚ ਇਹ ਹਨ ਕਿ ਖਿਤਿਜ ਦੇ ਲਾਂਗੇ ਨੀਲੇ ਅਤੇ ਘੱਟ ਜਿਹੜੀਆਂ ਤਰੰਗ ਲੰਬਾਈਆਂ ਉਨ੍ਹਾਂ ਦਾ ਪ੍ਰਕਾਸ਼ ਬਹੁਤਾ ਭਾਗ ਕਣਾਂ ਦੁਆਰਾ ਖਿੰਡ ਜਾਂਦਾ ਹੈ ਖਿੰਡ ਮਤਲਬ ਟੁੱਟ ਜਾਂਦਾ ਹੈ ਵਿਖੰਡਨ ਇੱਕ ਕਿਰਿਆ ਵੀ ਹੁੰਦੀ ਹੈ ਅਤੇ ਸਾਡੀਆਂ ਅੱਖਾਂ ਤੱਕ ਪਹੁੰਚਣ ਵਾਲਾ ਪ੍ਰਕਾਸ਼ ਅਧਿਕਤਰ ਤਰੰਗ ਲੰਬਾਈਆਂ ਦਾ ਹੋਵੇਗਾ ਇਸ ਲਈ ਸੂਰਜ ਚੜਨ ਸਮੇਂ ਲਾਲ ਹੁੰਦਾ ਹੈ ਅਗਲਾ ਕੁਐਸਚਨ ਬਹੁਤ ਹੀ ਈਜ਼ੀ ਔਰ ਬਹੁਤ ਹੀ ਇੰਪੋਰਟੈਂਟ ਹੈ ਆ 24ਵਾਂ ਕੁਐਸਚਨ ਹੈ ਕਿਸੇ ਪੁਲਾੜ ਯਾਤਰੀ ਨੂੰ ਪ੍ਰਕਾਸ਼ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਬੇਟਾ ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਰੰਗ ਦੀ ਥਾਂ ਕਾਲਾ ਇਸ ਲਈ ਪ੍ਰਤੀਤ ਹੁੰਦਾ ਸਿੱਧੀ ਜੀ ਗੱਲ ਹੈ ਜਦੋਂ ਆਪਾਂ ਵਾਯੂਮੰਡਲ ਪੁਲਾੜ ਦੇ ਵਿੱਚ ਆ ਔਰ ਸਾਨੂੰ ਪਤਾ ਹੈ ਕਿ ਆਪਾਂ ਧਰਤੀ ਤੇ ਆ ਤਾਂ ਧਰਤੀ ਤੇ ਇੱਕ ਵਾਯੂਮੰਡਲ ਹੈ ਜਿੱਚ ਬਹੁਤ ਸਾਰੀਆਂ ਗੈਸਾਂ ਨੇ ਪਰ ਪੁਲਾੜ ਦੇ ਵਿੱਚ ਕੋਈ ਵਾਯੂਮੰਡਲ ਨਹੀਂ ਹੁੰਦਾ ਇਸ ਲਈ ਪ੍ਰਕਾਸ਼ ਉੱਥੇ ਉਹਨੂੰ ਜਿਹੜਾ ਵੀ ਪੁਲਾੜ ਯਾਤਰੀ ਹੈ ਉਸ ਨੂੰ ਆਕਾਸ਼ ਨੀਲੇ ਦੀ ਥਾਂ ਇਹ ਤੇ ਗੱਲ ਹੋ ਰਹੀ ਹੈ ਕਾਲਾ ਵਿਖਾਈ ਦਿੰਦਾ ਉੱਤਰ ਚ ਸਿਰਫ ਤੁਸੀਂ ਇੰਨੀ ਗੱਲ ਲਿਖ ਸਕਦੇ ਹੋ ਕਿ ਪ੍ਰਕਾਸ਼ ਨੀਲੇ ਦੀ ਥਾਂ ਕਾਲਾ ਇਸ ਲਈ ਦਿਖਾਈ ਦਿੰਦਾ ਹੈ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਪੁਲਾੜ ਵਿੱਚ ਕੋਈ ਵਾਯੂ ਮੰਡਲ ਨਹੀਂ ਹੈ ਔਰ ਇਹ ਬਹੁਤ ਈਜ਼ੀ ਆਨਸਰ ਹੈ 25ਵਾਂ ਕੁਐਸਚਨ ਮਤਲਬ ਇੱਥੇ ਹੈ ਔਰ ਚੌਥਾ ਕੁਐਸਚਨ ਜਿਹੜਾ ਮੈਂ ਅੱਜ ਲੈ ਰਹੀ ਹਾਂ ਉਹ ਹੀ ਹੈ ਕਿ ਸਾਫ਼ ਆਕਾਸ਼ ਦਾ ਰੰਗ ਨੀਲਾ ਕਿਉਂ ਹੁੰਦਾ ਹੈ ਵਾਯੂ ਮੰਡਲ ਵਿੱਚ ਹਵਾ ਗੈਸਾਂ ਅਤੇ ਹੋਰ ਸੂਖਮ ਕਣ ਬਾਕੀ ਰੰਗਾਂ ਵਾਲੇ ਪ੍ਰਕਾਸ਼ ਦੇ ਟਾਕਰੇ ਨੀਲੇ ਰੰਗ ਵਾਲੇ ਪ੍ਰਕਾਸ਼ ਨੂੰ ਜ਼ਿਆਦਾ ਖਿਡਾਉਂਦੇ ਹਨ ਕਿ ਨੀਲੇ ਵਾਲੇ ਨੀਲੇ ਰੰਗ ਦੇ ਜਿਹੜਾ ਪ੍ਰਕਾਸ਼ ਹੁੰਦਾ ਹੈ ਉਹਨੂੰ ਜ਼ਿਆਦਾ ਖਿਡਾਉਂਦੇ ਜਾਂ ਨਹੀਂ ਜ਼ਿਆਦਾ ਤੋੜਦੇ ਹਨ ਜਿਸ ਕਾਰਨ ਸਾਫ ਆਕਾਸ਼ ਰੰਗ ਨੀਲਾ ਦਿਖਾਈ ਦਿੰਦਾ ਸਿੱਧੀ ਗੱਲ ਹੈ ਜਿਹੜੇ ਵਾਯੂ ਮੰਡਲ ਦੀਆਂ ਗੈਸਾਂ ਹਨ ਜਾਂ ਸੂਖਮ ਕਣ ਹੈ ਉਹ ਬਾਕੀ ਰੰਗਾਂ ਦੇ ਨਾਲੋਂ ਪ੍ਰਕਾਸ਼ ਜਿਹੜਾ ਨੀਲਾ ਰੰਗ ਹੈ ਉਹਨੂੰ ਜ਼ਿਆਦਾ ਤੋੜਦੇ ਹਨ ਜ਼ਿਆਦਾ ਖਿੰਡਾਉਂਦੇ ਹਨ ਔਰ ਜਿਸ ਕਰਕੇ ਸਾਨੂੰ ਪਤਾ ਹੈ ਕਿ ਆਕਾਸ਼ ਦਾ ਰੰਗ ਸਾਨੂੰ ਕੀ ਨਜ਼ਰ ਆਉਂਦਾ ਹੈ ਨੀਲਾ ਨਜ਼ਰ ਆਉਂਦਾ ਹੈ ਬੇਟਾ ਇੱਕ ਕੁਐਸਚਨ ਇੱਥੇ ਹੈ ਸਾਬਣ ਦੀ ਸਫਾਈ ਕਰਨ ਵਿਧੀ ਲਿਖੋ ਜਦੋਂ ਸਾਬਣ ਪਾਣੀ ਵਿੱਚ ਘੁਲਦਾ ਆ ਇੱਕ ਸਟਰਕਚਰ ਇਸੇ ਕੁਐਸਚਨ 'ਚ ਮੈਂ ਤੁਹਾਨੂੰ ਦਿੱਤਾ ਹੈ ਸਭ ਤੋਂ ਪਹਿਲੇ ਤਾਂ ਮੈਂ ਇਸ ਕੁਐਸਚਨ ਦਾ ਆ ਕਰਨਾ ਚਾਹਨੀ ਆ ਕਿ ਸਾਬਣ ਦੀ ਸਫਾਈ ਕਰਨ विधि लिखो ਆਹ ਵਾਲਾ ਕੁਐਸਚਨ ਦਾ ਆਨਸਰ ਹੈ ਬੇਟਾ ਸਾਬਣ ਦੀ ਸਫਾਈ ਕਰਨ ਦੀ ਵਿਧੀ ਲਿਖੀ ਹੈ ਕਿ ਜਦੋਂ ਸਾਬਣ ਪਾਣੀ ਵਿੱਚ ਘੁਲਦਾ ਹੈ ਆ ਡਾਇਗਰਾਮ ਆਪਾਂ ਬਣਾਇਆ ਹੋਇਆ ਹੈ ਇਹਨੂੰ ਆਪਾਂ ਮਿਸੇਲ ਵੀ ਕਹਿ ਦਿੰਦੇ ਆ ਪੇਪਰ 'ਚ ਜਿਹੜੇ ਤੁਹਾਨੂੰ 100 ਵੈਰੀ ਇੰਪੋਰਟੈਂਟ ਕੁਐਸਚਨ ਵਿੱਚ ਦਿੱਤੇ ਸੀ ਉਹਦੇ ਵਿੱਚ ਇਹ ਡਾਇਗਰਾਮ ਹੈਗਾ ਸੀ ਔਰ ਪੁੱਛਿਆ ਗਿਆ ਸੀ ਕਿ ਇਹਦਾ ਨਾਮ ਕੀ ਹੈ ਇਹ ਕੁਐਸਚਨ 5 ਨੰਬਰ 'ਚ ਵੀ ਅਕਸਰ ਆ ਜਾਂਦਾ ਹੈ ਕਿ ਸਾਬਣ ਦੀ ਸਫਾਈ ਦੀ ਵਿਧੀ ਲਿਖੋ ਉੱਥੇ ਤੁਹਾਨੂੰ ਇਹ ਕੁਐਸਚਨ ਜ਼ਿਆਦਾ ਐਕਸਪਲੇਨ ਕਰਨਾ ਪਏਗਾ ਔਰ ਸਾਰਾ ਕੁਝ ਦੱਸਣਾ ਪਏਗਾ ਇਹਦੇ ਬਾਰੇ ਪਰ ਇੱਥੇ ਮੈਂ ਤੁਹਾਨੂੰ ਇੱਕ ਕਾਮਨ ਆਈਡੀਆ ਦੇ ਰਹੀ ਆ ਕਿ ਜਦੋਂ ਸਾਬਣ ਪਾਣੀ ਵਿੱਚ ਘੁਲਦਾ ਤੁਹਾਨੂੰ ਦਿਖ ਰਿ ਆਇਨਿਕ ਸਿਰਾ ਬੇਟਾ ਆਹੀ ਗੱਲ ਤੁਸੀਂ ਪੇਪਰ 'ਚ ਲਿਖਣੀ ਹੈ ਆਇਨਿਕ ਸਿਰਾ ਪਾਣੀ ਵਿੱਚ ਹੁੰਦਾ ਹੈ ਜਦਕਿ ਹਾਈਡਰੋਕਾਰਬਨ ਪੂਛ ਵਾਲਾ ਸਿਰਾ ਮੈਲ ਜਾਂ ਗਰੀਸ ਵਿੱਚ ਟਸ ਜਾਂਦਾ ਬੇਟਾ ਆ ਦੇਖੋ ਤੁਹਾਨੂੰ ਦਿਖ ਰਿਹਾ ਆ ਆ ਜਿਹੜੀਆਂ ਮੈਕਰੋਸ ਕਰਾਸ ਮਾਰੀਆਂ ਇਹ ਇਹਦਾ ਕਾਰਬੋਨਿਕ ਸਿਰਾ ਆ ਜਿਹੜੀ ਡਾਟ ਅਸੀਂ ਬਣਾਏ ਹੋਏ ਐ ਇਹ ਇਹਦਾ ਪਾਣੀ ਸਨੇਹਾ ਸਨੇਹੀ ਸਿਰਾ ਆ ਵਿੱਚ ਜਿਹੜਾ ਕਾਲਾ ਡਾਟ ਤੁਹਾਨੂੰ ਦਿਖ ਰਿਹਾ ਇਹ ਅਸੀਂ ਮੈਲ ਦਾ ਪ੍ਰਤੀਕ ਕੀਤਾ ਹੋਇਆ ਹੈ ਜਿਹੜੀ ਆ ਜਿਹੜਾ ਤੁਹਾਡਾ ਪਾਣੀ ਸਨੇਹੀ ਸਿਰਾ ਹੈ ਉਹ ਪਾਣੀ ਨਾਲ ਲੱਗ ਜਾਂਦਾ ਹੈ ਔਰ ਜਿਹੜਾ ਤੁਹਾਡਾ ਪੂਛ ਹੈ ਹਾਈਡਰੋਕਾਰਬਨਿਕ ਸਿਰਾ ਹੈ ਪੂਛ ਹੈ ਉਹ ਮੈਲ ਨਾਲ ਜੁੜ ਜਾਂਦਾ ਹੈ ਔਰ ਜਦੋਂ ਅਸੀਂ ਖਿੱਚਦਾ ਹੈ ਇਹ ਆਪਸ ਵਿੱਚ ਉਹਨਾਂ ਨੂੰ ਖਿੱਚਦਾ ਹੈ ਤਾਂ ਜਿਹੜੀ ਮੈਲ ਹੈ ਉਹ ਪਾਣੀ 'ਚ ਟੁੱਟ ਕੇ ਕਪੜਾ ਸਾਫ਼ ਹੋ ਜਾਂਦਾ ਹੈ ਠੀਕ ਹੈ ਬੇਟਾ ਅੱਜ ਮੈਂ ਤੁਹਾਨੂੰ ਤਿੰਨ ਚਾਰ ਕੁਐਸਚਨ ਕਲੀਅਰ ਕੀਤੇ ਔਰ ਥੀਸ ਆਰ ਵੈਰੀ ਇੰਪੋਰਟੈਂਟ ਕੁਐਸਚਨਸ ਜਿਹੜੇ ਪੇਪਰ ਚ ਆਉਂਦੇ ਆ ਤਾਰੇ ਕਿਉਂ ਟਿਮਟਿਮ ਆਉਂਦੇ ਹਨ ਸੂਰਜ ਚੜਨ ਸਮੇਂ ਲਾਲ ਕਿਉਂ ਹੁੰਦਾ ਹੈ ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਪ੍ਰਤੀਤ ਕਿਉਂ ਹੁੰਦਾ ਹੈ ਸਾਫ਼ ਆਕਾਸ਼ ਦਾ ਰੰਗ ਨੀਲਾ ਕਿਉਂ ਹੁੰਦਾ ਹੈ ਅਤੇ ਸਾਬਣ ਦੀ ਸਫਾਈ ਕਰਨ ਦੀ ਵਿਧੀ ਲਿਖੋ ਆ ਚਾਰ ਪੰਜ ਕੁਐਸਚਨ ਇੰਨੇ ਕਾਮਨ ਆ ਜਿਹੜੇ ਐਗਜ਼ਾਮ ਚ ਆਉਂਦੇ ਆ ਦੋ ਦੋ ਲਾਈਨਸ ਦੇ ਕੁਐਸਚਨ ਨੇ ਪਰ ਬੱਚਿਆਂ ਨੂੰ ਐਕਸਪਲੇਨ ਐਕਸਪਲੇਨੇਸ਼ਨ ਚ ਪ੍ਰੋਬਲਮ ਆਂਦੀ ਹੈ ਬੇਟਾ ਸ ਸਟੇ ਹੋਮ ਸਟੇ ਹੈਲਦੀ ਉਮੀਦ ਕਰਦੇ ਹਾਂ ਕਿ ਜੋ ਅਸੀਂ ਪੜਾ ਰਹੇ ਹਾਂ ਤੁਹਾਨੂੰ ਸਮਝ ਆ ਰਹੀ ਹੈ ਥੈਂਕ ਯੂ ਸੋ ਮੱਚ